ਅੱਜ ਬਠਿੰਡਾ ਸ਼ਹਿਰ ਪੂਰੀ ਤਰ੍ਹਾਂ ਦੇ ਨਾਲ ਛਾਉਣੀ ਦੇ ਵਿੱਚ ਤਬਦੀਲ ਹੋਇਆ ਪਿਆ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਵੱਡੀ ਗਿਣਤੀ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਪੰਜਾਬ ਪੁਲਿਸ ਦੇ ਮੁਲਾਜ਼ਮ ਤੈਨਾਤ ਕੀਤੇ ਹੋਏ ਨੇ, ਨਾਲ ਹੀ RAF ਦੀ ਵੀ ਟੀਮ ਹੈ ਜਿਹੜੀ ਉਹ ਤੈਨਾਤ ਕੀਤੀ ਹੋਈ ਹੈ ਅਤੇ ਪੂਰੇ ਐਕਸ਼ਨ ਦੇ ਵਿੱਚ ਹੈ। ਜਿਹੜੇ ਉਹਨਾਂ ਦੇ ਹਥਿਆਰ ਨੇ ਅਤੇ ਬਚਾਓ ਯੰਤਰ ਨੇ ਉਹਨਾਂ ਦੇ ਨਾਲ ਜਿਹੜੀ ਪੁਲਿਸ ਫੋਰਸ ਥਾਂ ਥਾਂ 'ਤੇ ਤੈਨਾਤ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪਹਿਲਾਂ ਜਿਹੜਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਗੁਰੂ ਨਾਨਕ ਦੇਵ ਹਾਲ ਅਤੇ ਲਾਇਬ੍ਰੇਰੀ ਦੇ ਜੋ ਪ੍ਰਧਾਨ ਨੇ ਸ਼ਿਵਦੇਵ ਸਿੰਘ, ਉਹਨਾਂ ਵੱਲੋਂ ਇੱਕ ਪੱਤਰਕਾਰ ਵਾਰਤਾ ਕੀਤੀ ਗਈ ਸੀ ਜਿਸ ਦੇ ਵਿੱਚ ਜਥੇਦਾਰ ਦਾਦੂਵਾਲ ਨੂੰ ਸਰਪ੍ਰਸਤ ਲਗਾਇਆ ਗਿਆ ਸੀ ਗੁਰੂ ਨਾਨਕ ਦੇਵ ਹਾਲ ਅਤੇ ਲਾਇਬ੍ਰੇਰੀ ਦਾ। ਅਤੇ ਉਹਨਾਂ ਨੇ ਜਿਹੜੀ ਦੋ ਗੱਲਾਂ ਮੁੱਖ ਆਖੀਆਂ ਸੀ ਪ੍ਰੈਸ ਨੂੰ ਕਿ ਇੱਕ ਤਾਂ 20 ਅਕਤੂਬਰ ਨੂੰ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾਣਾ ਹੈ ਅਤੇ ਦੂਸਰੀ ਗੱਲ ਉਹਨਾਂ ਨੇ ਕਹੀ ਸੀ ਕਿ ਜੋ ਸੰਵਿਧਾਨ ਦੇ ਵਿੱਚ ਲਿਖਿਆ ਹੈ ਕਿ ਉਸ ਦੇ ਅਕੋਰਡਿੰਗ ਗੁਰੂ ਨਾਨਕ ਦੇਵ ਹਾਲ ਅਤੇ ਲਾਇਬ੍ਰੇਰੀ ਦੀ ਗੋਲਕ ਦੇ ਵਿੱਚ 25% ਹੈ ਜਿਹੜਾ ਉਹ ਜਮ੍ਹਾਂ ਹੋਵੇ ਜਿਹੜੇ ਵੀ ਇੱਥੇ ਈਵੈਂਟ ਹੁੰਦੇ ਨੇ। ਤੁਹਾਨੂੰ ਦੱਸ ਦਈਏ ਕਿ ਸਿਵਲ ਲਾਈਨ ਕਲੱਬ ਦੇ ਵਿੱਚ ਦੋ ਜਿਹੜੀਆਂ ਕਮੇਟੀਆਂ ਬਣ ਚੁੱਕੀਆਂ, ਇੱਕ ਪੇਰੈਂਟ ਬੋਡੀ ਹੈ ਅਤੇ ਦੂਸਰੀ ਇੱਕ ਹੋਰ ਕਮੇਟੀ ਹੈ। ਪੇਰੈਂਟ ਬੋਡੀ ਦੇ ਵਿੱਚ ਜੋ ਕਿ ਗੁਰੂ ਨਾਨਕ ਦੇਵ ਹਾਲ ਅਤੇ ਲਾਇਬ੍ਰੇਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਅਤੇ ਦੂਸਰੇ ਪਾਸੇ ਜਿਹੜੇ ਸਿਵਲ ਲਾਈਨ ਕਲੱਬ ਦੇ ਪ੍ਰਧਾਨ ਨੇ ਉਹ ਮਿਸਟਰ ਰਾਜਨ ਗਰਗ ਨੇ। ਅਤੇ ਜਿਹੜਾ ਮੰਗ ਕੀਤੀ ਗਈ ਸੀ ਕਿ ਕਿਸੇ ਵੀ ਤਰ੍ਹਾਂ ਦਾ ਈਵੈਂਟ ਹੁੰਦਾ ਉਸ ਈਵੈਂਟ ਦੇ ਵਿੱਚ ਜਿਹੜੀ ਵੀ ਰਾਸ਼ੀ ਹੁੰਦੀ ਹੈ ਉਸਦਾ 25% ਜਿਵੇਂ ਕਿ ਸੰਵਿਧਾਨ ਦੇ ਵਿੱਚ ਲਿਖਿਆ ਗੁਰੂ ਨਾਨਕ ਦੇਵ ਹਾਲ ਅਤੇ ਲਾਇਬ੍ਰੇਰੀ ਦੀ, ਅਤੇ ਬਣਦਾ ਜਿਹੜਾ ਜਿਹੜੀ ਰਕਮ ਹੈ ਉਹ ਗੁਰੂ ਨਾਨਕ ਦੇਵ ਜੀ ਦੀ ਗੋਲਕ ਦੇ ਵਿੱਚ ਜਮ੍ਹਾਂ ਹੋਵੇ। ਜਿਸ ਤੋਂ ਬਾਅਦ ਜਿਹੜਾ 6 ਅਕਤੂਬਰ ਨੂੰ ਇੱਕ ਈਵੈਂਟ ਸੀ, ਕ੍ਰਿਕਟ ਮੈਚ ਸੀ ਇਸ ਸਿਵਲ ਲਾਈਨ ਕਲੱਬ ਦੇ ਵਿੱਚ, ਅਤੇ ਵੱਡੀ ਗਿਣਤੀ ਦੇ ਵਿੱਚ ਇੱਥੇ ਸਿੱਖ ਸੰਗਤਾਂ ਪੁੱਜੀਆਂ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੀ ਪੁੱਜੇ ਅਤੇ ਹੋਰ ਵੀ ਜਿਹੜੇ ਪ੍ਰਧਾਨ ਨੇ ਉਹ ਪੁੱਜੇ, ਅਤੇ ਜਿਹੜਾ ਕਿ ਉਹਨਾਂ ਨੇ ਜਿਵੇਂ ਪਹਿਲਾਂ ਦੱਸਿਆ ਸੀ ਕਿ ਕਿਸੇ ਵੀ ਤਰ੍ਹਾਂ ਦੀ ਐਕਟੀਵਿਟੀ ਇੱਥੇ ਨਹੀਂ ਹੋਣ ਦਿੱਤੀ ਜਾਵੇਗੀ ਜਿੰਨਾ ਚਿਰ ਜਿਹੜਾ ਬਣਦੀ ਰਕਮ ਹੈ ਉਹ ਨਹੀਂ ਜਮ੍ਹਾਂ ਹੁੰਦੀ। ਅਤੇ ਉਸ ਵੇਲੇ ਕੁਝ ਰਕਮ ਦਾ ਜਿਹੜਾ ਚੈੱਕ ਦਿੱਤਾ ਗਿਆ ਸੀਗਾ ਗੁਰੂ ਨਾਨਕ ਦੇਵ ਹਾਲ ਲਾਇਬ੍ਰੇਰੀ ਦੀ, ਪਰ ਜਦੋਂ ਦੂਸਰੀ ਕਮੇਟੀ ਮਿਸਟਰ ਰਾਜਨ ਗਰਗ ਹੋਰਾਂ ਦੇ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਫ਼ ਜਵਾਬ ਦੇ ਦਿੱਤਾ ਸੀ ਕਿ 25% ਵਾਲੀ ਕੋਈ ਵੀ ਗੱਲ ਨਹੀਂ ਹੈ, ਜਿਹੜਾ ਇਹ ਚੈੱਕ ਦਿੱਤਾ ਹੈ ਇਹ ਸਿਰਫ ਗੁਰੂ ਨਾਨਕ ਦੇਵ ਜੀ ਦਾ ਪਰਬ ਮਨਾਉਣ ਦੇ ਲਈ ਦਿੱਤਾ ਹੈ। ਅਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਵਿਵਾਦ ਹੈ ਸਿਵਲ ਲਾਈਨ ਕਲੱਬ ਦਾ ਉਹ ਭਖਦਾ ਗਿਆ ਅਤੇ ਦੋਵੇਂ ਧਿਰਾਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲਦੀਆਂ ਰਹੀਆਂ ਅਤੇ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਇਆਂ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਦੇ ਲਈ ਪ੍ਰਸ਼ਾਸਨ ਵੱਲੋਂ ਸਿਵਲ ਲਾਈਨ ਕਲੱਬ 'ਤੇ ਧਾਰਾ 145 ਲਗਾ ਦਿੱਤੀ ਗਈ। ਅਤੇ ਕੁਝ ਦਿਨ ਪਹਿਲਾਂ ਹੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਇੱਕ ਪੱਤਰਕਾਰ ਵਾਰਤਾ ਕੀਤੀ ਗਈ ਅਤੇ ਉਹਨਾਂ ਨੇ ਜਿਹੜਾ ਪ੍ਰਸ਼ਾਸਨ ਅਤੇ ਸਰਕਾਰ ਉੱਤੇ ਕਈ ਗੰਭੀਰ ਆਰੋਪ ਲਗਾਏ ਕਿ ਉਹ ਧੱਕੇਸ਼ਾਹੀ ਕਰ ਰਹੇ ਹੈ, ਉਹਨਾਂ ਨੂੰ ਪਰਬ ਜਿਹੜਾ ਗੁਰਪੁਰਬ ਹੈ ਉਹ ਮਨਾਉਣ ਨਹੀਂ ਦੇ ਰਹੇ। ਅਤੇ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਚੇਤਾਵਨੀ ਦਿੱਤੀ ਕਿ ਹਰ ਹਾਲਤ ਦੇ ਵਿੱਚ ਜਿਹੜਾ ਗੁਰਪੁਰਬ ਦਾ ਸਮਾਗਮ ਹੈ ਉਹ ਸਿਵਲ ਲਾਈਨ ਕਲੱਬ ਦੇ ਵਿੱਚ ਹੋਣਾ ਹੈ। ਅਤੇ ਅਪੀਲ ਵੀ ਕੀਤੀ ਆਪਣੀ ਸਿੱਖ ਸੰਗਤਾਂ ਦੇ ਵਿੱਚ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਸਿਵਲ ਲਾਈਨ ਕਲੱਬ ਦੇ ਵਿੱਚ ਉਹ ਪੁੱਜੇ ਅਤੇ ਚਾਹੇ ਪ੍ਰਸ਼ਾਸਨ ਜਿਸ ਤਰ੍ਹਾਂ ਵੀ ਕਰ ਲਏ ਅਤੇ ਸਿੱਖ ਸੰਗਤਾਂ ਟਲਣ ਵਾਲੀਆਂ ਨਹੀਂ। ਜਿਸ ਤੋਂ ਬਾਅਦ ਅੱਜ 20 ਅਕਤੂਬਰ ਹੈ, ਉਹੀ ਦਿਨ ਹੈ ਜਿਹੜਾ ਕਿ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਪੱਤਰਕਾਰ ਵਾਰਤਾ ਦੇ ਵਿੱਚ ਕਿਹਾ ਗਿਆ ਸੀਗਾ ਕਿ ਅੱਜ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾਣਾ ਹੈ ਅਤੇ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤੈਨਾਤ ਕੀਤੀ ਹੋਈ ਹੈ। ਅਤੇ ਤੁਹਾਨੂੰ ਦੱਸ ਦਈਏ ਕੁਝ ਦਿਨ ਪਹਿਲਾਂ ਤਲਵੰਡੀ ਸਾਬੋ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲ ਨੂੰ ਜਿਹੜਾ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ, ਉਸ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕਰਕੇ 23 ਅਕਤੂਬਰ ਤੱਕ ਜਿਹੜਾ ਜੇਲ੍ਹ ਭੇਜ ਦਿੱਤਾ ਗਿਆ। ਅਤੇ ਹੁਣ ਹਰ ਇੱਕ ਮੇਨ ਬਠਿੰਡਾ ਦੇ ਜੋ ਵੀ ਐਂਟਰੀ ਪੁਆਇੰਟ ਨੇ, ਐਗਜ਼ਿਟ ਪੁਆਇੰਟ ਨੇ, ਉੱਥੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤੈਨਾਤ ਕੀਤੀ ਹੈ। ਅਤੇ ਇਸ ਜੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ, ਇਸ ਤੋਂ ਮਹਿਜ ਕਰੀਬ 100 ਮੀਟਰ ਦੀ ਦੂਰੀ 'ਤੇ ਸਿਵਲ ਲਾਈਨ ਕਲੱਬ ਹੈ ਜਿੱਥੇ ਪ੍ਰਸ਼ਾਸਨ ਵੱਲੋਂ 145 ਧਾਰਾ ਲਗਾ ਦਿੱਤੀ ਗਈ ਹੈ ਅਤੇ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਅਣਸਖਾਵੀ ਘਟਨਾ ਨਾ ਵਾਪਰ ਜਾਵੇ ਤਾਂ ਜਿਹੜਾ ਇਹ ਪੁਲਿਸ ਫੋਰਸ ਹੈ ਹੁਣ ਬਠਿੰਡਾ
ਦੇ ਵਿੱਚ ਥਾਂ ਥਾਂ 'ਤੇ ਚੱਪੇ ਚੱਪੇ 'ਤੇ ਲਗਾਈ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਜਿਹੜੇ ਐਂਟਰੀ ਪੁਆਇੰਟ ਨੇ ਉੱਥੇ ਵੀ ਪੁਲਿਸ ਫੋਰਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ, ਬੱਸਾਂ ਦੀ ਚੈਕਿੰਗ ਹੋ ਰਹੀ ਹੈ, ਗੱਡੀਆਂ ਦੀ ਚੈਕਿੰਗ ਹੋ ਰਹੀ ਹੈ, ਅਤੇ ਜੋ ਵੀ ਸ਼ੱਕੀ ਇਨਸਾਨ ਹੈ ਉਹ ਉਹਨਾਂ 'ਤੇ ਜਿਹੜੀ ਬਣਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਕੈਮਰਾਮੈਨ ਮੁਕੁਲ ਦੇ ਨਾਲ ਜੁਗਨੂ ਸ਼ਰਮਾ, ਦੈਨਿਕ ਸਵੇਰਾ ਟੀਵੀ, ਬਠਿੰਡਾ। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋਣ ਜਾ ਰਹੀ ਜ਼ਿਮਨੀ ਚੋਣ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਸ਼ਾਮ 4 ਵਜੇ ਸਿਆਸੀ 4।